ਬਹੁਤ ਸਾਰੀਆਂ ਨਿਊਟ੍ਰੀਸ਼ਨਲ ਥੈਰੇਪੀਜ਼ ਬਾਰੇ ਆਪਾਂ ਹੈਲਥ ਟਿਪਸ ਦੇ ਵਿੱਚ ਗੱਲਾਂ ਕੀਤੀਆਂ। ਸੋ ਅੱਜ ਦੇ ਹੈਲਥ ਟਿਪ ਵਿੱਚ ਮੈਂ ਸੋਚਿਆ ਕਿ ਮੈਂ ਤੁਹਾਨੂੰ ਕੈਲਸ਼ੀਅਮ ਦੇ ਬਾਰੇ ਜਾਣਕਾਰੀ ਦਿਆਂ। ਪਰਟੀਕੁਲਰਲੀ ਅੱਜ ਦੇ ਹੈਲਥ ਟਿਪ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਕੀ ਐਸੇ ਸਿੰਪਟਮਸ ਹੁੰਦੇ ਹੈ ਜਿਹੜੇ ਕਿ ਤੁਹਾਨੂੰ ਤਦ ਹੋ ਸਕਦੇ ਹੈ ਜੇ ਤੁਹਾਡੀ ਬੋਡੀ ਦੇ ਵਿੱਚ ਕੈਲਸ਼ੀਅਮ ਦੀ ਕਮੀ ਹੋ ਜਾਏ। ਬਿਕੋਜ਼ ਤੁਸੀਂ ਸੁਣਿਆ ਹੋਏਗਾ ਕਿ ਕੈਲਸ਼ੀਅਮ ਸਾਡੀਆਂ ਬੋਨਸ ਵਾਸਤੇ, ਸਾਡੇ ਨੇਲਸ ਵਾਸਤੇ ਔਰ ਬਹੁਤ ਸਾਰੀਆਂ ਹੋਰ ਬੋਡੀ ਦੀਆਂ ਫੰਕਸ਼ਨਸ ਲਈ ਬਹੁਤ ਜ਼ਰੂਰੀ ਹੈ। ਲੇਕਿਨ ਜੇ ਕੈਲਸ਼ੀਅਮ ਦੀ ਕਮੀ ਤੁਹਾਨੂੰ ਹੁੰਦੀ ਹੈ ਤਾਂ ਤੁਹਾਨੂੰ ਕੀ ਦਿੱਕਤਾਂ ਆ ਸਕਦੀਆਂ, ਅੱਜ ਦੇ ਹੈਲਥ ਟਿਪ ਦੇ ਵਿੱਚ ਮੈਂ ਤੁਹਾਨੂੰ ਜਾਣਕਾਰੀ ਦਿਆਂਗੀ। ਲੇਕਿਨ ਹਾਂ, ਆਉਣ ਵਾਲੇ ਹੈਲਥ ਟਿਪਸ ਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸਾਂਗੀ ਕਿ ਤੁਸੀਂ ਕੈਲਸ਼ੀਅਮ ਨੂੰ ਨੈਚੁਰਲੀ ਆਪਣੀ ਡਾਇਟ ਵਿੱਚ ਕਿਵੇਂ ਇਨਕਰੀਜ਼ ਕਰ ਸਕਦੇ ਹੋ। ਸਭ ਤੋਂ ਪਹਿਲਾਂ ਜੋ ਕੈਲਸ਼ੀਅਮ ਹੈ ਉਹਦਾ ਬਹੁਤ ਵੱਡਾ ਰੋਲ ਹੈ ਤੁਹਾਡੇ ਹਾਰਟ ਦੀ ਹੈਲਥ ਵਿੱਚ। ਹਾਰਟ ਨੂੰ ਕੰਟਰੈਕਟ ਕਰਨ ਵਾਸਤੇ ਕੈਲਸ਼ੀਅਮ ਦਾ ਇੱਕ ਬਹੁਤ ਇੰਪੋਰਟੈਂਟ ਰੋਲ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਪੈਲਪੀਟੇਸ਼ਨ ਹੁੰਦੀ ਹੈ, ਯਾਨੀ ਕਿ ਤੁਹਾਡੀ ਹਾਰਟ ਬੀਟ ਵੱਧ ਜਾਂਦੀ ਹੈ ਅਤੇ ਤੁਹਾਨੂੰ ਘਬਰਾਹਟ ਹੁੰਦੀ ਹੈ, ਐਂਗਜ਼ਾਇਟੀ ਹੁੰਦੀ ਹੈ, ਤਾਂ ਹੋ ਸਕਦਾ ਹੈ ਕਿ ਇਹ ਕੈਲਸ਼ੀਅਮ ਦੀ ਡੈਫੀਸ਼ੈਂਸੀ ਹੋਵੇ। ਸੋ ਡੈਫੀਨੇਟਲੀ ਤੁਸੀਂ ਆਪਣੇ ਡਾਕਟਰ ਨੂੰ ਮਿਲ ਸਕਦੇ ਹੋ। ਲੇਕਿਨ ਇਹ ਜੇ ਪੈਲਪੀਟੇਸ਼ਨ ਦੀ ਪ੍ਰੋਬਲਮ ਤੁਹਾਨੂੰ ਕੰਟੀਨਿਊਸਲੀ ਹੁੰਦੀ ਰਹਿੰਦੀ ਹੈ, ਲੇਕਿਨ ਕੋਈ ਵੀ ਪ੍ਰੋਬਲਮ ਤੁਹਾਨੂੰ ਕਾਰਡੀਅਕ ਕਲੀਅਰੈਂਸ ਮਿਲ ਜਾਂਦੀ ਹੈ, ਤਾਂ ਹੋ ਸਕਦਾ ਹੈ ਕਿ ਕੈਲਸ਼ੀਅਮ ਦੀ ਸਪਲੀਮੈਂਟੇਸ਼ਨ ਦੇ ਨਾਲ ਹੀ ਇਹ ਇੰਪਰੂਵ ਹੋ ਜਾਏ। ਬਟ ਯੋਰ ਡਾਕਟਰ ਇਜ਼ ਯੋਰ ਬੈਸਟ ਜੱਜ। ਇਸ ਤੋਂ ਇਲਾਵਾ ਤੁਹਾਡੇ ਜੁਆਇੰਟਸ ਪੇਨ ਕਰਦੇ ਹੈ। ਬਹੁਤ ਸਾਰੇ ਪੇਸ਼ੈਂਟਸ ਮੇਰੇ ਕੋਲ ਕਲੀਨਿਕ 'ਤੇ ਵਾਕ ਇਨ ਕਰਦੇ ਹੈ, ਉਹਨਾਂ ਦੀ ਜੇ ਕੈਲਸ਼ੀਅਮ ਥੈਰੇਪੀ ਅਸੀਂ ਸਟਾਰਟ ਕਰਦੇ ਹਾਂ, ਸੋ ਦੈਟ ਇਜ਼ ਵੈਰੀ ਵੈਰੀ ਹੈਲਪਫੁਲ। ਉਹਨਾਂ ਦੇ ਜੁਆਇੰਟਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ, ਬਿਕੋਜ਼ ਜਦੋਂ ਸਾਡੇ ਨੀਜ਼ ਪੇਨ ਹੁੰਦੇ ਹੈ ਜਾਂ ਕੋਈ ਹੋਰ ਪ੍ਰੋਬਲਮ ਆਉਂਦੀ, ਆਪਾਂ ਕਹਿੰਦੇ ਹਾਂ ਸਾਨੂੰ ਓਸਟੀਓ ਆਰਥਰਾਈਟਿਸ ਹੈ, ਸਾਨੂੰ ਜੋੜਾਂ ਦੀ ਦਿੱਕਤ ਹੈ। ਲੇਕਿਨ ਕਈ ਵਾਰੀ ਇਹ ਪ੍ਰੋਬਲਮਸ ਜੋੜਾਂ ਦੀ ਪ੍ਰੋਬਲਮ ਨਾ ਹੋ ਕੇ ਕੈਲਸ਼ੀਅਮ ਡੈਫੀਸ਼ੈਂਸੀ ਦੀ ਪ੍ਰੋਬਲਮ ਹੁੰਦੀ ਹੈ। ਇਸ ਤੋਂ ਇਲਾਵਾ ਜਦੋਂ ਯੰਗ ਗਰਲ ਸਾਡੇ ਕੋਲ ਆਉਂਦੀਆਂ, ਉਹਨਾਂ ਨੂੰ ਉਹ ਕਹਿੰਦੀਆਂ ਕਿ ਸਾਨੂੰ ਪ੍ਰੀ ਮੈਂਸਟਰਲ ਸਿੰਡਰੋਮ ਦੇ ਵਿੱਚ ਬਹੁਤ ਜ਼ਿਆਦਾ ਪੇਨ ਹੁੰਦੀ ਹੈ, ਕਈ ਲੜਕੀਆਂ ਤਾਂ ਬੇਹੋਸ਼ ਤੱਕ ਹੋ ਜਾਂਦੀਆਂ। ਸੋ ਇਹ ਸਾਰੀਆਂ ਚੀਜ਼ਾਂ ਬਹੁਤ ਕਾਮਨ ਉਹਨਾਂ ਗਰਲਸ ਦੇ ਵਿੱਚ ਹੁੰਦੀਆਂ ਜਿਨ੍ਹਾਂ ਨੂੰ ਕੈਲਸ਼ੀਅਮ ਦੀ ਡੈਫੀਸ਼ੈਂਸੀ ਹੁੰਦੀ ਹੈ। ਸੋ ਜਿਨ੍ਹਾਂ ਨੂੰ ਇੱਕ ਬਹੁਤ ਹੀ ਡਿਜ਼ਾਸਟਰਸ, ਬਹੁਤ ਹੀ ਮੁਸ਼ਕਿਲ ਪ੍ਰੀ ਮੈਂਸਟਰਲ ਸਿੰਡਰੋਮ ਹੁੰਦਾ ਹੈ, ਉਹਨਾਂ ਨੂੰ ਕੈਲਸ਼ੀਅਮ ਥੈਰੇਪੀ ਦੇ ਬਾਰੇ ਜ਼ਰੂਰ ਆਪਣੇ ਡਾਕਟਰ ਨਾਲ ਜਾਂ ਡਾਇਟੀਸ਼ੀਅਨ ਨਾਲ ਗੱਲ ਕਰਨੀ ਚਾਹੀਦੀ ਹੈ। ਸੋ ਜਦੋਂ ਅਸੀਂ ਦੇਖਿਆ, ਜਦੋਂ ਅਸੀਂ ਗਰਲਸ ਦੀ ਕੈਲਸ਼ੀਅਮ ਥੈਰੇਪੀ ਕੀਤੀ, ਉਹਨਾਂ ਨੂੰ ਸਿਮਟਮਸ ਦੇ ਵਿੱਚ ਬਹੁਤ ਇੰਪਰੂਵਮੈਂਟ ਹੋਈ ਅਤੇ ਉਹਨਾਂ ਨੂੰ ਡਿਊਰਿੰਗ ਸਾਈਕਲਸ ਵੀ ਬਹੁਤ ਅੱਛਾ ਰਿਲੀਫ ਰਿਹਾ ਹੈ। ਸੋ ਕੈਲਸ਼ੀਅਮ ਇਜ਼ ਵੈਰੀ ਇੰਪੋਰਟੈਂਟ, ਪਰਟੀਕੁਲਰਲੀ ਫੋਰ ਮੈਂਸੂਰੇਟਿੰਗ ਵੁਮੈਨ। ਇਸ ਤੋਂ ਇਲਾਵਾ ਜੇ ਤੁਹਾਨੂੰ ਕੈਲਸ਼ੀਅਮ ਦੀ ਡੈਫੀਸ਼ੈਂਸੀ ਹੁੰਦੀ ਹੈ ਤਾਂ ਤੁਹਾਡੇ ਨੇਲਸ ਬ੍ਰਿਟਲ ਹੋ ਜਾਂਦੇ ਹੈ। ਹੁਣ ਤੁਸੀਂ ਵੀ ਦੇਖਿਆ ਹੋਏਗਾ, ਇੰਨੀ ਮਿਹਨਤ ਦੇ ਨਾਲ ਤੁਸੀਂ ਆਪਣੇ ਨੇਲਸ ਉਗਾਉਂਦੇ ਹੋ, ਲੇਕਿਨ ਤੁਹਾਡੇ ਨੇਲਸ ਬਹੁਤ ਜਲਦੀ ਟੁੱਟ ਜਾਂਦੇ ਹੈ। ਸੋ ਦਿਸ ਮੇ ਬੀ ਡਿਊ ਟੂ ਕੈਲਸ਼ੀਅਮ ਡੈਫੀਸ਼ੈਂਸੀ। ਸੋ ਕੈਲਸ਼ੀਅਮ ਡੈਫੀਸ਼ੈਂਸੀ ਦਾ ਤੁਹਾਡੇ ਜਿਹੜਾ ਕੋਨਸਨਟ੍ਰੇਸ਼ਨ ਹੈ, ਜਿਹੜੀ ਤੁਹਾਡੀ ਬੋਡੀ ਦੀ ਕੋਗਨੇਟਿਵ ਪਾਵਰਸ ਹੈਗੀਆਂ, ਉਹਦੇ ਵਿੱਚ ਵੀ ਬਹੁਤ ਅੱਛਾ ਰੋਲ ਹੁੰਦਾ ਹੈ। ਸੋ ਜੇ ਤੁਹਾਡੇ ਬੱਚੇ ਦੇ ਕਾਂਟ ਕੋਨਸਨਟ੍ਰੇਟ, ਈਵਨ ਯੂ ਕਾਂਟ ਕੋਨਸਨਟ੍ਰੇਟ, ਜੇ ਤੁਹਾਨੂੰ ਥਕਾਨ ਰਹਿੰਦੀ ਹੈ ਤਾਂ ਤੁਸੀਂ ਆਪਣੀ ਬੋਡੀ ਦੇ ਕੈਲਸ਼ੀਅਮ ਲੈਵਲਸ ਨੂੰ ਚੈੱਕ ਕਰਾਓ, ਔਰ ਜੇ ਉਹ ਘੱਟ ਹੁੰਦੇ ਹੈ ਤਾਂ ਤੁਸੀਂ ਉਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਜ਼ਰੂਰ ਕਰੋ। ਇਸ ਤੋਂ ਇਲਾਵਾ ਇੱਕ ਬਹੁਤ ਹੀ ਇੰਪੋਰਟੈਂਟ ਔਰ ਬਹੁਤ ਹੀ ਪ੍ਰੈਕਟੀਕਲ ਤਰੀਕਾ ਹੈ ਆਪਣੀ ਬੋਡੀ ਦੇ ਵਿੱਚ ਕੈਲਸ਼ੀਅਮ ਦੀ ਡੈਫੀਸ਼ੈਂਸੀ ਨੂੰ ਆਈਡੈਂਟੀਫਾਈ ਕਰਨ ਦਾ, ਐਂਡ ਦ ਫਾਈਨਲ ਵਨ ਇਜ਼ ਯੈਲੋਇੰਗ ਆਫ ਦ ਟੀਥ। ਜੇ ਤੁਹਾਡੇ ਦੰਦ ਜਿਹੜੇ ਹੈਗੇ ਆ, ਜੇ ਉਹ ਯੈਲੋ ਕਲਰ ਦੀ ਟਿੰਜ ਉਹਨਾਂ 'ਤੇ ਬਣ ਜਾਂਦੀ ਹੈ, ਸੋ ਯੂ ਥਿੰਕ ਦੈਟ ਦਿਸ ਇਜ਼ ਨੈਚੁਰਲ, ਤੁਸੀਂ ਸਕੇਲਿੰਗ ਵਗੈਰਾ ਕਰਾ ਲੈਂਦੇ ਹੋ। ਲੇਕਿਨ ਮੈਂ ਤੁਹਾਨੂੰ ਸੁਝਾਅ ਦਿਆਂਗੀ, ਜੇ ਤੁਹਾਡੀ ਰੈਕਰੈਂਟ ਯੈਲੋਇੰਗ ਆਫ ਟੀਥ ਹੁੰਦੀ ਰਹਿੰਦੀ ਹੈ, ਸੋ ਯੂ ਮਸਟ ਹੈਵ ਅ ਕਿਓਰ ਕੈਲਸ਼ੀਅਮ ਚੈੱਕਡ। ਸੋ ਕੈਲਸ਼ੀਅਮ ਔਨ ਇਨ ਦ ਨਟਸ਼ੈਲ, ਮੈਂ ਇਹ ਕਹਿਣਾ ਚਾਹਾਂਗੀ ਕਿ ਸਾਡੀ ਬੋਡੀ ਵਾਸਤੇ ਬਹੁਤ ਹੀ ਇੰਪੋਰਟੈਂਟ ਨਿਊਟ੍ਰੀਐਂਟ ਹੈ। ਤੁਸੀਂ ਇਹਦੀ ਡੈਫੀਸ਼ੈਂਸੀ ਨੂੰ ਪਛਾਣੋ, ਔਰ ਜੇ ਤੁਹਾਨੂੰ ਡੈਫੀਸ਼ੈਂਸੀ ਹੁੰਦੀ ਹੈ ਤਾਂ ਤੁਸੀਂ ਆਪਣੇ ਡਾਕਟਰ ਜਾਂ ਡਾਇਟੀਸ਼ੀਅਨ ਨੂੰ ਮਿਲ ਕੇ ਆਪਣੀ ਇਸ ਡੈਫੀਸ਼ੈਂਸੀ ਨੂੰ ਦੂਰ ਕਰਕੇ ਆਪਣੇ ਆਪ ਨੂੰ ਇੱਕ ਹੈਲਦੀ ਹਿਊਮਨ ਬੀਂਗ ਦੇ ਵਿੱਚ ਟਰਨ ਕਰ ਸਕਦੇ ਹੋ।